ਸੰਗਰੂਰ ਦੇ ਕਾਂਗਰਸੀ ਆਗੂ ਮਾਸਟਰ ਜੈਪ ਸਿੰਘ ਰਟੋਲ ਦੇ ਘਰ ਅੱਗੇ ਲਗਾਈ ਐਮਐਲਏ ਦੀ ਤਖਤੀ। ਆਗੂ ਰਟੋਲ ਨੇ ਕਿਹਾ ਇਹ ਤਾਂ ਆਪਣੀ ਆਪਣੀ ਫੀਲਿੰਗ ਹੈ। ਸੱਤਾ ਦਾ ਨਸ਼ਾ ਕਿਸ ਤਰ੍ਹਾਂ ਸਿਰ ਚੜ ਬੋਲਦਾ ਹੈ ਇਹ ਤਾਂ ਸੰਗਰੂਰ ਦੇ ਦਿੜਬਾ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲ ਦਾ ਹਾਲ ਦੇਖ ਕੇ ਹੀ ਬਣਦਾ ਹੈ। ਕੀ ਕੀਤਾ ਅਜੈਬ ਸਿੰਘ ਰਟੋਲ ਨੇ ਕਿ ਸਿਆਸਤ ਵੀ ਗਰਮ ਹੋ ਗਈ ਅਤੇ ਮਨ ਦੀ ਮਨਸ਼ਾ ਵੀ। ਆਓ ਵੇਖਦੇ ਹਾਂ। ਸੰਗਰੂਰ ਦੇ ਦਿੜਬਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਹਾਰ ਚੁੱਕੇ ਕਾਂਗਰਸ ਦੇ ਮਾਸਟਰ ਅਜੈਬ ਸਿੰਘ ਰਟੋਲ, ਜੋ ਕਿ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ। ਭਾਵੇਂ ਅਜੈਬ ਸਿੰਘ ਰਟੋਲ ਇਸ ਹਲਕੇ ਦੇ ਹਲਕਾ ਇੰਚਾਰਜ ਰਹਿ ਚੁੱਕੇ ਨੇ, ਅਜੈਬ ਸਿੰਘ ਰਟੋਲ ਇਸ ਹਲਕੇ ਦੇ ਹਲਕਾ ਇੰਚਾਰਜ ਰਹਿ ਚੁੱਕੇ ਨੇ, ਪਰੰਤੂ ਰਟੋਲ ਸਾਹਿਬ ਦੇ ਮਨ ਦੀ ਇੱਛਾ ਉਹਨਾਂ ਦੇ ਘਰ ਮੂਹਰੇ ਲੱਗੀ ਨੇਮ ਪਲੇਟ ਨੇ ਜ਼ਰੂਰ ਪੂਰੀ ਕਰ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਨਾਲ MLA ਲਿਖਿਆ ਹੋਇਆ ਅਤੇ ਥੱਲੇ ਲਿਖਿਆ ਹੋਇਆ ਹਲਕਾ ਇੰਚਾਰਜ ਦੜਬਾ। ਜਦੋਂ ਕੋਈ ਵੀ ਮਾਸਟਰ ਅਜੈਬ ਸਿੰਘ ਰਟੋਲ ਨੂੰ ਠਿੱਠਬਾਜ਼ੀ ਕਰਦੇ ਹੀ ਇਹ ਸਵਾਲ ਪੁੱਛਦਾ ਹੈ ਕਿ ਮਾਸਟਰ ਜੀ ਤੁਸੀਂ ਤਾਂ MLA ਤਾਂ ਹੈ ਹੀ ਨਹੀਂ, ਤਾਂ ਉਹਨਾਂ ਦਾ ਬੜੀ ਸ਼ਾਨ ਦੇ ਨਾਲ ਜਵਾਬ ਇਹੀ ਹੁੰਦਾ ਹੈ ਕਿ ਕੰਮ ਤਾਂ ਕਰੀਦਾ ਹੀ ਹੈ, ਪਰੰਤੂ MLA ਵਾਲੀ ਫੀਲਿੰਗ ਵੀ ਲੈਣੀ ਜ਼ਰੂਰੀ ਹੈ। MLA ਹਲਕਾ ਇੰਚਾਰਜ ਨਾਲ ਇਹ ਵੀ ਪੜ MLA ਹਲਕਾ ਇੰਚਾਰਜ ਦੜਵਾ ਫੀਲਿੰਗ ਤਾਂ ਚਲੋ ਲੈਂਦੇ ਹੀ ਹਰੇਕ ਜਿਹੜਾ ਕੋਈ ਕੰਮ ਕਰਦਾ ਫੀਲਿੰਗ ਲੈਂਦਾ, ਉਹ ਕੋਈ ਐਡੀ ਇਤਰਾਜ਼ਯੋਗ ਗੱਲ ਨਹੀਂ। ਪ੍ਰੋਟੋਕੋਲ ਦੇ ਹਿਸਾਬ ਨਾਲ ਤਾਂ ਜੀ ਮੰਨ ਲਓ ਉਲੰਘਣਾ ਕੀਤੀ ਤੁਸੀਂ, ਮੈਂ ਕੀ ਕਹਿੰਦਾ ਇਹ ਸਰਕਾਰ ਮੈਨੂੰ ਪੁੱਛੂਗੀ ਮੈਂ ਜਵਾਬ ਦੇ ਦੂੰਗਾ, ਤੁਸੀਂ ਕਾਹਨੂੰ ਔਖੇ ਹੋ ਰਹੇ ਹੋ। ਕਾਂਗਰਸੀ ਆਗੂ ਮਾਸਟਰ ਅਜੈਬ ਸਿੰਘ ਰਟੋਲ ਦੀ ਇਹ ਫੀਲਿੰਗ ਭਾਵੇਂ ਲੋਕਾਂ ਦੇ ਲਈ ਮਜ਼ਾਕਿਆ ਲਿਹਾਜ਼ਾ ਬਣਿਆ ਹੋਇਆ, ਪਰ ਕੁਝ ਵੀ ਹੋਵੇ ਕਾਂਗਰਸੀ ਆਗੂ ਦੇ ਵੱਲੋਂ ਚੁੱਕਿਆ ਗਿਆ ਇਹ ਕਦਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ। ਵਿਰੋਧੀ ਧਿਰ ਸੱਤਾ ਦਾ ਨਸ਼ਾ ਵੀ ਕਰਾਰ ਦੇ ਕੇ ਰਾਜਨੀਤੀ ਦੇ ਬਾਜ਼ਾਰ ਨੂੰ ਗਰਮ ਕਰ ਰਹੀ ਹੈ। ਹੁਣ ਵੇਖਣਾ ਹੈ ਕਿ ਕਈ ਮੁੱਦਿਆਂ ਦੇ ਵਿੱਚ ਉਲਝੀ ਪੰਜਾਬ ਸਰਕਾਰ ਮਾਸਟਰ ਅਜੈਬ ਸਿੰਘ ਰਟੋਲ ਦੀ ਫੀਲਿੰਗ ਨੂੰ ਕਿੰਨੀ ਮਹੱਤਤਾ ਦਿੰਦੀ ਹੈ ਅਤੇ ਇਸ ਦਾ ਰਾਜਨੀਤੀ ਤੇ ਕੀ ਅਸਰ ਪੈਂਦਾ ਹੈ। ਸੰਗਰੂਰ ਤੋਂ PBC ਨਿਊਜ਼ ਦੇ ਲਈ ਕੀਰਤੀ ਪਾਲ ਦੀ ਰਿਪੋਰਟ।